ਰਾਤੋ ਰਾਤ ਵੱਡੀ ਖਬਰ ਸਾਹਮਣੇ ਆਈ ਹੈ ਸਿੰਘੂ ਬਾਰਡਰ ਤੋਂ, ਜਿੱਥੇ ਕਿ ਲੰਮੇ ਸਮੇਂ ਤੋਂ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਖੇਤੀ ਕਾਨੂੰਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਪਰ ਹੁਣ ਉੱਥੇ ਇਹ ਰੌਲਾ ਪੈ ਗਿਆ ਹੈ ਕਿ ਧਰਨੇ ਵਾਲੀ ਮੇਨ ਸਟੇਜ 'ਤੇ 100 ਲੋਕਾਂ ਦੇ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਹੜੇ ਕਿਸਾਨੀ ਉੱਥੇ ਨੇਤਾ ਹੁੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉੱਥੇ ਰੌਲਾ ਪੈ ਗਿਆ ਹੈ। ਲੋਕ ਜਿਹੜੇ ਉੱਥੇ ਇੰਨੇ ਦਿਨਾਂ ਤੋਂ ਗਰਮੀ ਦੇ ਮੌਸਮ ਦੇ ਵਿੱਚ ਬੈਠੇ ਕਿਸਾਨ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ੰਕਾ, ਇਹ ਇਲਜ਼ਾਮ ਲੱਗਦੇ ਪਏ ਨੇ ਕਿ ਜਿਹੜੇ ਉਹ ਧਰਨਾਕਾਰੀ ਹੈ ਉਹ ਕਈ BJP ਦੇ ਅਤੇ ਕਈ ਆਮ ਆਦਮੀ ਪਾਰਟੀ ਦੇ ਉੱਤੋਂ ਵਰਕਰ ਦੱਸੇ ਜਾ ਰਹੇ ਨੇ। ਪਰ ਇਸ ਸਭ ਦੇ ਵਿੱਚ ਅਸਲ ਸੱਚ ਕੀ ਹੈ, ਇਹ ਤਾਂ ਹੁਣ ਮੌਕੇ 'ਤੇ ਤਫਤੀਸ਼ ਤੋਂ ਬਾਅਦ ਸਾਹਮਣੇ ਆਵੇਗਾ। ਪਰ ਵੱਡੀ ਖਬਰ ਸਿੰਘੂ ਬਾਰਡਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਪਾਸੇ ਲਗਾਤਾਰ ਦਿੱਲੀ ਨੈਸ਼ਨਲ ਹਾਈਵੇ 'ਤੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿੱਥੇ ਹਰਿਆਣੇ ਤੋਂ ਜਦੋਂ ਆਪਾਂ ਪਹਿਲਾਂ ਪੰਜਾਬ ਦਾ ਬਾਰਡਰ ਕ੍ਰੋਸ ਕਰਦੇ ਹਾਂ ਹਰਿਆਣੇ ਦੀ ਸਰਹੱਦ 'ਤੇ ਇਹ ਧਰਨਾ ਚੱਲਦਾ ਪਿਆ ਹੈ। ਜੇਕਰ ਮੰਨ ਕੇ ਚੱਲੀਏ ਤਾਂ 8 ਫਰਵਰੀ ਨੂੰ ਇਹ ਪੂਰਾ ਰੌਲਾ ਪੈਂਦਾ ਹੈ ਅਤੇ 13 ਫਰਵਰੀ ਨੂੰ ਉੱਥੋਂ ਕਿਸਾਨਾਂ ਦੇ ਵੱਲੋਂ ਜਾਮ ਲਗਾ ਦਿੱਤਾ ਜਾਂਦਾ ਹੈ, ਭਾਵੇਂ ਕਿ ਉਸ ਤੋਂ ਬਾਅਦ ਹਰਿਆਣਾ ਦੇ ਵੱਲੋਂ ਵੀ ਵੱਡੇ ਪੱਧਰ 'ਤੇ ਉੱਥੇ ਜਿਵੇਂ ਹੱਦਬੰਦੀ ਕੀਤੀ ਗਈ, ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਦੇਸ਼ ਦੇ ਵਿੱਚ ਸਰਕਾਰ ਇੱਕ ਵਾਰ ਫਿਰ ਮੋਦੀ ਸਰਕਾਰ ਆ ਜਾਂਦੀ ਹੈ ਅਤੇ ਮੋਦੀ ਸਰਕਾਰ ਦੇ ਵੱਲੋਂ ਭਾਵੇਂ ਕਿ MSP ਨੂੰ ਲੈ ਕੇ ਝੋਨੇ ਦੇ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਪਰ ਉਸ ਤੋਂ ਬਾਅਦ ਕਿਸਾਨ ਨੇਤਾਵਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਸਾਨੂੰ ਇਹ ਵਾਅਦਾ ਮਨਜ਼ੂਰ ਨਹੀਂ, ਹੋਰ ਉਹਨਾਂ ਦੀ ਡਿਮਾਂਡ ਸਾਹਮਣੇ ਆਈਆਂ ਸਨ। ਪਰ ਇਸ ਸਭ ਦੇ ਵਿੱਚ ਜਿਹੜੇ ਲੋਕਾਂ ਦੇ ਵੱਲੋਂ ਇਹ 100 ਲੋਕਾਂ ਦੇ ਵੱਲੋਂ ਜਾਂ 100 ਤੋਂ ਵੱਧ ਏਡ ਗੇਡ ਦੇ ਵੱਲੋਂ ਇਹ ਰੌਲਾ ਪਾਇਆ ਗਿਆ, ਮੇਨ ਸਟੇਜ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੇ ਇਲਜ਼ਾਮ ਲੱਗਦੇ ਪਏ ਨੇ, ਉਹ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਮਾਈਨਿੰਗ ਕਰਦੇ ਆ ਇਹ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੇ ਘੱਗਰ ਦੇ ਵਿੱਚੋਂ ਮਾਈਨਿੰਗ ਕਰਦੇ ਪਏ ਆ, ਇਹਨਾਂ ਨੂੰ ਹੁਣ ਮੌਕਾ ਨਹੀਂ ਮਿਲਦਾ ਪਿਆ, ਇਸ ਕਰਕੇ ਇਹ ਅਜਿਹੀ ਹਰਕਤ 'ਤੇ ਆ ਗਏ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਐਜੀਟੇਸ਼ਨ ਦਾ ਕੀ ਹੋਵੇਗਾ, ਕਿ ਵਾਕਈ ਹੀ ਜਿਹੜੇ ਇਲਜ਼ਾਮ ਲੱਗਦੇ ਪਏ ਆ ਕਿ ਇਸ ਦੇ ਵਿੱਚ ਹੁਣ ਜਿਹੜੇ ਇਹਨਾਂ ਨੇ ਆਪ ਦੀ ਗੱਲ ਕੀਤੀ ਹੈ, BJP ਵਾਲਿਆਂ ਦੀ ਗੱਲ ਕੀਤੀ ਹੈ, ਬੜਾ ਘੋਗ ਦਾ ਵਿਸ਼ਾ ਹੈ ਕਿ ਵਾਕਈ ਇਸ ਮਾਮਲੇ ਦੇ ਵਿੱਚ ਕੋਈ ਰਿਜ਼ਲਟ ਨਿਕਲੇਗਾ ਜਾਂ ਫਿਰ ਇਹ ਫਿਰ ਲੰਬਾ ਲਟਕੇਗਾ, ਇਹ ਜਾਂਚ ਦਾ ਵਿਸ਼ਾ ਹੈ। ਪਰ ਲੰਬੇ ਸਮੇਂ ਤੋਂ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਭਾਵੇਂ ਕਿ ਮੇਨ ਹਾਈਵੇ ਬੰਦ ਕੀਤਾ ਹੋਇਆ। ਤੁਹਾਨੂੰ ਕੀ ਲੱਗਦਾ ਪਿਆ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ।